ਉਹ ਬੰਸ਼ਜ ਦਾ ਬੰਦਾ ਜਿਹੜਾ ਅੱਜ ਗਿਆਨੀ ਸੰਤ ਸਿੰਘ ਦਾ ਉਹ ਕਹਿ ਰਿਹਾ ਵੀ ਬਨਾਰਸ ਦੇ ਮੁੱਖ ਪਾਂਡੇ ਨੇ ਮੁੱਖ ਪੁਜਾਰੀ ਜਿਹੜਾ ਸੀ ਉਹ ਦਿੱਤਾ ਉੱਥੇ ਸਾਨੂੰ ਗਣੇਸ਼ ਦੀ ਮੂਰਤ ਤੇ ਇੱਥੇ ਲਾਓ ਘਰਮਤ ਦਾ ਸਦਨ ਟੁੱਟ ਗਿਆ ਜੀ ਕਿਉਂ ਜੀ ਟੁੱਟ ਗਿਆ ਨਾ ਅਗਲੇ ਦੇਖੋ ਹੋਰ ਜਿੱਦਣ ਹੁਣ ਗਿਆਨੀ ਜਗਤਾਰ ਸਿੰਘ ਜੀ ਕਥਾ ਕਰਦੇ ਕਹਿ ਰਹੇ ਸੀ ਵੀ ਆਨੰਦ ਸਾਹਿਬ ਜਿਹੜਾ ਉਹ ਯਾਰਾ ਉਤਨਾ ਗੁਰੂ ਸਾਹਿਬਾਂ ਦਾ ਉਚਾਰਨ ਕੀਤਾ ਹੋਇਆ ਤੇ ਜਦੋਂ ਅਸੀਂ ਉਹ ਖੋਜਣ ਦੀ ਕੋਸ਼ਿਸ਼ ਕੀਤੀ ਵੀ ਚਲੋ ਆਖਰ ਪਤਾ ਤਾਂ ਲੱਗੇ ਗਿਆਨੀ ਜੀ ਕਹਿ ਕਥੋ ਰਹੇ ਨੇ ਪਤਾ ਤਾਂ ਲੱਗੇ ਉਹ ਵੀ ਸੂਰਜ ਪ੍ਰਕਾਸ਼ ਚ ਆ ਰਿਹਾ ਸੀ ਪਰ ਉਹਦੇ ਵਿੱਚ ਜਿਹੜੀਆਂ ਬਾਕੀ ਗੱਲਾਂ ਆ ਰਹੀਆਂ ਸੀ ਉਹ ਛੁਪਾ ਗਏ ਉਹਦੇ ਚ ਇਹ ਗੱਲ ਆ ਰਹੀ ਸੀ ਵੀ ਇੱਕ ਜੋਗੀ ਆਇਆ ਗੁਰੂ ਅਮਰਦਾਸ ਜੀ ਕੋਲ ਤੇ ਜੋਗੀ ਕਹਿ ਰਿਹਾ ਮਹਾਰਾਜਪੀ ਮੈਂ ਵੀ ਤੁਹਾਡੇ ਘਰ ਪ੍ਰਵਾਨ ਚੜਨਾ ਚਾਹੁੰਨਾ ਜੋ ਵੀ ਸੀ ਹਨਾ ਤੇ ਮੇਰੇ ਤੇ ਵੀ ਕਿਰਪਾ ਕਰੋ ਦੇ ਉਹ ਕਹਿੰਦੇ ਵੀ ਤੇਰਾ ਅਮਰਦਾਸ ਮਹਾਰਾਜ ਕਹਿੰਦੇ ਵੀ ਤੇਰਾ ਇੱਕ ਜਨਮ ਜੇ ਰਹਿੰਦਾ ਉਹ ਕਹਿੰਦਾ ਚਲੋ ਜੀ ਫਿਰ ਤਾਂ ਕੰਮ ਹੀ ਮੁੱਕ ਗਿਆ ਮੈਂ ਹੁਣ ਮਰ ਜਾਣਾ ਆ ਤੇ ਮੈਂ ਤੁਹਾਡੇ ਘਰ ਪੋਤਰੇ ਦੇ ਰੂਪ ਜਨਮ ਲੈ ਲੈਣਾ ਜ਼ੋਰ ਨਾ ਜੀਵਨ ਕਿੱਥੇ ਜਾਵਾਂਗੇ ਅਸੀਂ ਮਤਲਬ ਆਪਣੀ ਮਰਜ਼ੀ ਦੇ ਨਾਲ ਵੀ ਕੋਈ ਕਿਸੇ ਦੇ ਘਰ ਜੰਮ ਸਕਦਾ ਜੀ ਆਪਣੀ ਮਰਜ਼ੀ ਨਾਲ ਵੀ ਜੰਮ ਸਕਦਾ ਕੋਈ ਮਤਲਬ ਇੰਨੀ ਗਰਾਵਟ ਸੱਚੀ ਹੱਸਣ ਵਾਲੀ ਗੱਲ ਨਹੀਂ ਬੜੀ ਗੰਭੀਰ ਗੱਲ ਆਏ ਔਰ ਮੈਂ ਮੇਰੇ ਗੁਰੂ ਨੂੰ ਇਹ ਸ਼ਰਮਸ਼ਾਰ ਕਰਦੀ ਆਏ ਗੱਲ ਮੈਂ ਕਰੀ ਆਪਣੇ ਮੇਰੇ ਮੇਰੇ ਫਾਦਰਨਲਾ ਉਸਰਮਣੀ ਕਮੇਟੀ ਮੈਂਬਰ ਨੇ ਜਦੋਂ ਮੇਰਾ ਟਾਈਮ ਹੋ ਗਿਆ ਦੱਸ ਦਿਓ ਜੀ ਮੈਂ ਉੱਥੇ ਹੀ ਛੱਡ ਰਹੀ ਆ ਕਿਉਂਕਿ ਬੜੀਆਂ ਗੱਲਾਂ ਆ ਤੁਸੀਂ ਤੁਹਾਨੂੰ ਪਤਾ ਹੀ ਆ ਹੁਣ ਤਾਂ ਇੰਟਰਨੈਟ ਤੇ ਤੁਹਾਨੂੰ ਪਤਾ ਹੁਣ ਤੁਹਾਨੂੰ ਕੀ ਦੱਸਣਾ ਹੈ ਡਾਕਟਰ ਸਾਹਿਬ ਵੀ ਵੇਖ ਆਏ ਸਾਰਾ ਕੁਝ ਉੱਥੇ ਉਹੀਂ ਜਾਈਏ ਬ੍ਰह्म ਬੂਟਾ ਅਖਾੜੇ ਦੇ ਕੋਲੋਂ ਤੇ ਉੱਥੇ ਗੁਰੂ ਨਾਨਕ ਸਾਹਿਬ ਨੂੰ ਮਾਤਾ ਤ੍ਰਿਪਤਾ ਜੀ ਦੀ ਗੋਦ ਚ ਪਾਇਆ ਹੋਇਆ ਪੋਸਟਰ ਲੱਗਾ ਤੇ ਉਹਦੇ ਤੇ ਸ਼ਿਵਜੀ ਦੀਆਂ ਉਹ ਜਿਹੜੀ ਰੋਸ਼ਨੀ ਜੀ ਨਿਕਲੀ ਹੁੰਦੀ ਹੱਥਾਂ ਚੋਂ ਬਾਬਿਆਂ ਦੇ ਸਾਰਿਆਂ ਦੇ ਜੀ ਨਿਕਲਦੀ ਆਉ ਸਾਰੇ ਬਾਬੇ ਦੀ ਫੋਟੋ ਇੱਦਈਆਂ ਨਾ ਈਸ਼ਰ ਸਿੰਘ ਰਾੜੇ ਵਾਲੇ ਦੀ ਅਨੰਦ ਸਿੰਘ ਕਲੀਅਰ ਕੋਈ ਗੁਸਾਣਾ ਜੀ ਕਰ ਲਿਓ ਜਿਸ ਕਿਸੇ ਨੂੰ ਤਰਾਜ ਹੋਇਆ ਮੈਂ ਇੱਥੇ 2 ਘੰਟੇ ਬਾਅਦ ਬੈਠਾ ਹੋਊਂਗਾ ਅਸੀਂ ਹਰ ਗੱਲ ਨੂੰ ਗੁਰਮਤ ਦੀ ਕਸਵਟੀ ਤੇ ਵਿਚਾਰ ਕੇ ਜੇ ਦੋਸ਼ੀ ਹੋਏ ਤਾਂ ਸਜ਼ਾ ਦੇ ਹੱਕਦਾਰ ਹੋਵਾਂਗੇ ਤੇ ਜੇ ਨਾ ਹੋਏ ਤਾਂ ਇਹ ਗੱਲ ਸਾਰਿਆਂ ਤੱਕ ਪਹੁੰਚਾ ਦਿਓ ਉਹ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡੀ ਤਾਂ ਸੁਣਦੇ ਆ ਵੀ ਸਾਡੀ ਤਾਂ ਕੋਈ ਸੁਣਦਾ ਨਹੀਂ ਗਿਆਨੀ ਗੁਰਵਜਨ ਸਿੰਘ ਉਹ ਜੇਹਦਾਰ ਸੀ ਉਹਨੂੰ ਫੋਨ ਕਰੋ ਵੀ ਆਹ ਕੀ ਵੀ ਹਰਮੰਦਰ ਸਾਹਿਬ ਲੱਗੇ ਸ਼ਿਵ ਜੀ ਬਾਬਾ ਨਾਨਕ ਕਹਿਣ ਲਿਆ ਵੇ ਸ਼ਿਵ ਸ਼ਿਵ ਕਰਤੇ ਜੋ ਨਰਤੇ ਆਵੇ ਬਹੁਤ ਚੜੇ ਢੋਹੂ ਢਮਖਾਵੇ ਤੇ ਇਹ ਦੀ ਸ਼ਿਜੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਪਾ ਰਹੇ ਆ ਇਹ ਗੱਲਾਂ ਤੁਸੀਂ ਪਹਿਲਾਂ ਸੁਣੀਏ ਜੀ ਫਿਰ ਉਹ ਸਾਰ ਸਿਹਤ ਦੀ ਕਮਜ਼ੋਰੀ ਆ ਪੜਨ ਦੀ ਆਦਤ ਪਾਓ ਆ ਡਾਕਟਰ ਸਾਹਿਬ ਨੇ ਦੋ ਤਿੰਨ ਦੋਸੇ ਵਿਚਾਰੇ ਲਾ ਕੇ ਆਏ ਆ ਇਹੋ ਕੁਛ ਇਹੋ ਜਿਹੇ ਕਰੋਨਾ ਰਹੁੰਦੇ ਆ ਇਹ ਵੀ ਛੱਡੋ ਯਾਰ ਕੀ ਕਰਨ ਰਏ ਹਜੇ ਹੁਣ ਜਦੋਂ ਜਗਤਾਰ ਸਿੰਘ ਨੇ ਗੱਲ ਆਖੀ ਤੇ ਅਸੀਂ ਉਹ ਪਰਤਾਲਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਆਨੰਦ ਆਨੰਦ ਸਾਹਿਬ ਦੀ ਕਥਾ ਵੇਖੀ ਵੀ ਵੇਖੀ ਕਿੰਨੇ ਕਿੰਨੇ ਕਥਾ ਕੀਤੀ ਆ ਤੇ ਉਹ ਕਥਾ YouTube ਤੇ ਹੈਗੀ ਆ ਤੁਸੀਂ ਪਾ ਕੇ ਵੇਖ ਲਿਓ ਵੀ ਕਥਾ ਆਨੰਦ ਸਾਹਿਬ ਗਿਆਨੀ ਗੁਰਵਚਨ ਸਿੰਘ ਜੀ ਪੰਡਰਾਲੇ ਉਹ ਥਾਨਾ ਕਾ ਪਤਾ ਕੀ ਦੇ ਰਹਾ ਸੁਣ ਕੇ ਹਰਾਨੀ ਬੜੀ ਹੁੰਦੀ ਵਾਹ ਕਹਿੰਦੇ ਇੱਕ ਤਾਂ ਜੋਗੀ ਆਇਆ ਤੇ ਦੂਜਾ ਉੱਥੇ ਗਣੇਸ਼ ਆ ਗਿਆ ਚਲੋ ਉੱਪਰ ਆ ਗਏ ਬੰਦੇ ਨੂੰ ਕਹਿੰਦੇ ਤੇ ਆ ਜਾਂਦਾ ਤੇ ਅਸੀਂ ਮੰਨਦੇ ਵੀ ਚਲੋ ਚੰਗਾ ਵੀ ਜਿਹੜਾ ਹੈ ਹਾਥੀ ਦੇ ਸਿਰ ਵਾਲਾ ਉਹ ਕਿਦਾਂ ਆ ਸਕਦਾ ਬਈ ਨਹੀਂ ਸੱਚ ਹੈ ਗੱਲ ਇਹ ਵੀ ਹਾਥੀ ਦੇ ਸਿਰ ਵਾਲਾ ਬੰਦਾ ਪਸ਼ਾ ਗਣੇਸ਼ ਦੀ ਜਦੋਂ ਮੈਂ ਗੱਲ ਸੁਣੀ ਨਾ ਰਜਨੀਸ਼ ਕੋ ਮੈਂ ਬੜਾ ਹੈਰਾਨ ਹੋਇਆ ਕਹਿੰਦਾ ਪਾਰਵਤੀ ਜਾਂ ਦੁਰਗਾ ਉਹਨੇ ਨਹਾਉਣ ਦੀ ਇੱਛਾ ਪ੍ਰਗਟ ਕੀਤੀ ਆਪਣੇ ਮਨ 'ਚ ਮੈਂ ਨਹਾਉਣਾ ਤੇ ਜਦੋਂ ਉਹਨੇ ਵਹਿ ਉਹ ਸਾਡੇ ਨਾਲ ਤਕੜਾ ਸੀ ਵਹਿ ਜੇ ਸੱਚ ਪੁੱਛਦੇ ਹੋ ਨਾ ਜਿੰਨੀਆਂ ਧਜੀਆਂ ਉਹਨੇ ਹਿੰਦੂਮਾਦੀਆਂ ਉਡਾਈਆਂ ਅਸੀਂ ਉਹਦੇ ਨਾਲ ਸਹਿਮਤ ਹੋਈਏ ਕਿਸੇ ਪੱਖ ਤੋਂ ਨਾ ਹੋਈਏ ਉਹ ਗੱਲ ਵੱਖਰੀ ਐ ਇੱਕ ਪਰ ਸੂਰਮਾ ਸੀ ਉਹ ਉਹ ਕਹਿੰਦਾ ਵੀ ਜਦੋਂ ਦੁਰਗਾ ਨਾਉਣ ਲੱਗੀ ਨਾ ਪਾਰਵਤੀ ਤੇ ਕਹਿੰਦੀ ਵੀ ਮੈਨੂੰ ਇੱਥੇ ਪੜਦਾ ਹੈ ਨਹੀਂ ਕੋਈ ਵੀ ਮੈਨੂੰ ਚਾਹੀਦਾ ਕੋਈ ਵੀ ਉਹ ਬੰਦਾ ਕੋਈ ਖੜਾ ਕਰ ਲਵਾ ਆਪਣੇ ਪਰਿਵਾਰ ਦਾ ਵੀ ਉਹਦੇ ਕੋਲ ਵੀ ਕੋਈ ਨਹੀਂ ਸੀ ਕਹਿੰਦਾ ਵੀ ਉਹਨੇ ਆਪਣੇ ਤਨ ਦੀ ਮੈਲ ਲਾਈ ਤਾਂ ਇੱਕ ਕਲਬੂਤ ਬਣਾ ਲਿਆ ਤਾਂ ਉਹ ਵਿਅੰਗ ਪਤਾ ਕੀ ਕਰਦਾ ਕਹਿੰਦਾ ਪਤਾ ਨਹੀਂ ਕਿੰਨੇ ਸਾਲ ਨਾਤੀ ਨਹੀਂ ਹੋਣੀ ਵੀ ਇੰਨੀ ਮਿਲ ਲੱਥੀ ਉਹ ਉਹਦੀ ਉਹਦੀ ਕੈਸਟ ਵਿੱਚ ਇਹ ਗੱਲ ਏ ਮੈਂ ਆਪਣੇ ਕੋਲ ਨਹੀਂ ਕਹ ਰਿਆ ਤੇ ਉਹਨੂੰ ਖੜਾ ਕਰਕੇ ਬੁੱਤ ਤੇ ਉਹਦੇ ਚ ਉਹਨੇ ਜਾਨ ਫੂਕਤੀ ਜੀ ਇਹੋ ਜਣੀ ਕਹਾਣੀ ਤੇ ਉਹ ਸ਼ਿਵ ਜੀ ਮਹਾਰਾਜ ਕਿਤੇ ਤੁਹਾਨੂੰ ਪਤਾ ਬੜੇ ਚੰਗੇ ਸੀ ਹਨਾ ਤੇ ਕਰੀ ਸ਼ਿਵ ਜੀ ਨੂੰ ਚਲੋ ਉਹਦੀ ਵੀ ਗੱਲ ਕਰ ਲੈਣਾ ਚਲਦੇ ਚਲਦੇ ਯਾਦ ਰੱਖਿਓ ਸਾਰੀਆਂ ਗੱਲਾਂ ਮੈਨੂੰ ਰੋਕ ਦਿਓ ਜੀ ਫਿਰ ਮੈਂ ਪਹਿਲਾਂ ਕਹਿਣਾ ਵੀ ਭਾਈ ਨਾ ਕਿ ਮੈਂ ਤੁਹਾਡਾ ਸਾਰਾ ਟਾਈਮ ਖਾ ਗਿਆ। ਸ਼ਿਵਜੀ ਦੀ ਘਰ ਵਾਲੀ ਨੂੰ ਸੱਦਿਆ ਉਹਦੇ ਸਹੁਰੇ ਨੇ ਤੇ ਉਹਨੂੰ ਸੱਦਿਆ ਨਾ ਜੱਗ ਤੇ ਤੇ ਉਹਨੂੰ ਗੁੱਸਾ ਆ ਗਿਆ। ਤੇ ਉਹਨੇ ਉਹਦੀ ਘਰ ਜਿਹੜੀ ਉਹਦੀ ਵਾਈਫ ਸੀਗੀ ਉਹ ਉਹਨੇ ਆਪਣੇ ਪਿਤਾ ਨੂੰ ਕਿਹਾ ਵੀ ਤੂੰ ਮੇਰੇ ਆਪਣੀ ਜਵਾਈ ਨੂੰ ਨਹੀਂ ਸੱਦਿਆ। ਵੀ ਬੜੀ ਮਾੜੀ ਗੱਲ ਆ ਗੁੱਸੇ ਹੋ ਗਈ ਉਹ। ਤੇ ਉਹਨੇ ਉਹ ਕੱਚੀ ਪੁਨੀ ਜਿਹਨੇ ਛਾਲ ਮਾਰਤੀ ਹਵਨ ਚ ਤੇ ਉਹ ਕੱਚੀ ਪੁਨੀ ਚੁੱਕ ਲਈ ਮੋਢਿਆਂ ਤੇ ਜਿੱਥੇ ਉਹਦੇ ਨੈਣ ਡਿੱਗੇ। ਨਰਨਾ ਦੇਵੀ ਬਣ ਗਈ। ਮਤਲਬ ਐਦਾਂ ਦੇ ਵੀ ਐਦਾਂ ਦੇ ਰੱਬ ਵੀ ਹੁੰਦੇ ਆ। ਤੁਸੀਂ ਅੰਦਾਜ਼ਾ ਲਾ ਕੇ ਦੇਖੋ। ਚਲੋ ਜੀ ਜਦੋਂ ਕਲਬੂਤ ਬਣ ਗਿਆ ਤੇ ਉਹਨੇ ਉਹਦਾ ਉਹਦੇ ਚ ਰੂਹ ਫੂਕਤੀ ਤੇ ਸ਼ਿਵਜੀ ਉਧਰ ਆ ਗਏ। ਉਹ ਆਪਣੀ ਪਤਨੀ ਨੂੰ ਮਿਲਣਾ ਚਾਹੁੰਦੇ ਸੀ। ਉਹ ਕਹਿੰਦਾ ਤੂੰ ਕੌਣ ਆ? ਉਧਰ ਮੇਰੀ ਮਾਂ ਆ ਰਹੀ ਆ। ਤੂੰ ਨਹੀਂ ਜਾ ਸਕਦਾ। ਤੇ ਉਹਨੇ ਆ ਚਾਰ ਮਿੰਟ ਰਗੇ ਜੀ। ਹਾਂ ਜੀ ਮੋਕਾ ਦੇਣਾ ਜੀ। ਉਹ ਉਹਨੇ ਉਹਦੇ ਤਰਸ਼ੂਲ ਦੇ ਨਾਲ ਉਹਦਾ ਸਰ ਵੱਡਾ ਤਾਤੇ ਉੱਤੇ ਹਾਥੀ ਦਾ ਚ ਲੱਗ ਗਿਆ ਤੇ ਗੁਰੂ ਅਮਰਦਾਸ ਜੀ ਕੋਲ ਉਹ ਗਣੇਸ਼ ਆ ਗਿਆ ਤੇ ਗਣੇਸ਼ ਕਹਿੰਦਾ ਵੀ ਮਿਰਤੇ ਵੀ ਤੁਹਾਡੇ ਮੈਨੂੰ Hindu ਤਾਂ ਸਾਰੇ ਮੰਨਦੇ ਆ ਸਾਡੇ ਸਿੱਖ ਨਹੀਂ ਮੰਨਦੇ ਸਾਡੇ ਅਖਰ ਵਰਤਿਆ ਉਥੇ ਸਾਡੇ ਸਿੱਖ ਮੈਨੂੰ ਨਹੀਂ ਮੰਨਦੇ ਕਹਿੰਦੇ ਫਿਕਰ ਨਾ ਕਰ ਆਨੰਦ ਸਾਹਿਬ ਜਿਹੜਾ ਨਾ ਇਹ ਮੈਂ ਤੇਰੇ ਕਰਕੇ ਯਾਣ ਲੱਗਾ ਆ ਤੇ ਜਿੱਥੇ ਵੀ ਉਹ ਖੁਸ਼ੀ ਦਾ ਕੰਮ ਹੋਊਗਾ ਉਥੇ ਸ਼੍ਰੀ ਗਣੇਸ਼ ਜ਼ਰੂਰ ਖੜਿਆ ਕਰਨਗੇ ਸਿੱਖ ਫਿਰ ਤੁਸੀਂ ਇਹਦਾ ਮੋਰਲ ਆਪੇ ਕੱਢ ਲਿਓ ਇੱਕ ਦੂਜੀ ਗੱਲ ਜਿਹੜੀ ਉਹ ਬਿਮਾਰੀ ਸਾਡੇ ਇੱਥੇ ਤੱਕ ਪਹੁੰਚ ਗਈ ਆ ਅਮਰੀਕਾ ਤੱਕ ਉਹ ਮੈਂ ਜ਼ਰੂਰ ਕਰਨੀ ਚਾਹਾਂਗਾ ਦੋ ਤਿੰਨ ਮਿੰਟ ਹੀ ਲੱਗਣੇ ਭਾਈ ਸਾਹਿਬ ਏਕਕ ਜਾਨੀ ਸ਼ੇਰ ਸਿੰਘ ਜੀ ਇੱਥੇ ਕਥਾ ਕਰਨ ਆਉਂਦੇ ਆ ਉਹਨਾਂ ਨੂੰ ਅਸੀਂ ਮਿਲੇ ਵੀ ਸੀ ਮਿਲੇ ਸੀ ਅਸੀਂ ਸਪਰੀਮ ਕੌਂਸਲ ਮੈਂਬਰ ਐਸ.ਪੀ. ਸਾਹਿਬ ਬੀ ਬਿਰਵਿੰਦਰ ਕੌਰ ਤੁਸੀਂ ਜਾਣਦੇ ਹੋ ਲਖਵੀਰ ਸਿੰਘ ਉਹਨਾਂ ਦੇ ਪਤੀ ਦੇਵ ਨੇ ਉਹਨਾਂ ਦੇ ਘਰ ਮਿਲੇ ਸੀ ਬਾਲੇ ਦੀ ਜਨਸਾਖੀ ਦੇ ਸਬੰਧ ਚ ਉਹ ਗੱਲ ਅੱਜ ਨਹੀਂ ਹੋ ਸਕਦੀ ਲੰਬੀ ਹੈ ਫਿਰ ਕਰਾਂਗੇ ਉਹਨਾਂ ਨੇ ਕੀ ਕੀਤਾ ਆ ਵੀ ਇਸ ਵਾਰ ਭੋਲੇ ਮਹੱਲੇ ਤੇ ਐਲਸ ਵਰੰਟੀ ਗੁਰਦੁਆਰੇ ਉਹ ਜਿਹੜੀ ਜਗਨਨਾਥਪੁਰੀ ਆਰਤੀ ਹੋਈ ਸੀ ਉਹ ਐਲਸ ਵਰੰਟੀ ਕਰਦੀ ਜਦੋਂ ਉਹ ਆਰਤੀ ਕਰ ਦਿਤੀ ਤੇ ਮੈਂ ਇਥੋਂ ਦੇ ਜਿਹੜੇ ਮੋਤਬਰ ਬੰਦੇ ਆ ਉਹਨਾਂ ਦੇ ਨਾਮ ਹੀ ਲੈ ਦਨਾ ਦਰਸ਼ਨ ਸਿੰਘ ਜੀ ਫ੍ਰੀਮਾਉਂਟ ਕਮੇਟੀ ਹੈਗੇ ਨੇ ਇੱਕ ਲਖਵੀਰ ਸਿੰਘ ਨੇ ਇੱਕ ਦਵਿੰਦਰ ਸਿੰਘ ਨੇ ਉਹ ਸੈਕਟਰੀ ਵੀ ਰਹੇ ਕਈ ਕੁਝ ਕਿ ਕੁਝ ਸਮਾਂ ਉਹਨਾਂ ਨੂੰ ਸਾਰਿਆਂ ਨੂੰ ਮੈਂ ਫੋਨ ਕੀਤੇ ਵੀ ਯਾਰ ਚਲੋ ਬਾਕੀ ਗੱਲ ਤਾਂ ਚਲੋ ਕੋਈ ਗੈਰ ਗੰਭੀਰ ਹੋ ਸਕਦੀ ਸਾਨੂੰ ਸਮਝ ਨਹੀਂ ਲੱਗਦੀ ਵੀ ਆਹ ਗੱਲ ਤਾਂ ਬਹੁਤ ਸੌਖੀ ਆ ਵੀ ਇਦਾਂ ਤਾਂ ਉਹ ਹਿੰਦੂਆਂ ਨੂੰ ਰੋਕਦੇ ਰਹੇ ਵੀ ਤੁਸੀਂ ਇਦਾਂ ਦੀ ਆਰਤੀ ਨਾ ਕਰੋ ਵੀ ਮੈਂ ਤੁਹਾਨੂੰ ਆਰਤੀ ਦਾ ਟੰਗ ਦੱਸ ਦਿੱਤਾ ਚੌਹ ਵਿਅਕਤੀਆਂ ਗੁਰੂ ਵਿਅਕਤੀਆਂ ਦੀ ਭਗਤਾਂ ਦੀ ਆਰਤੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੀ ਨਾਂਜੀ ਦੀ ਸੈਣ ਜੀ ਦੀ ਰਬਦਾਸ ਜੀ ਤੇ ਗੁਰੂ ਨਾਨਕ ਸਾਹਿਬ ਦੀ ਉਹ ਚੋਂ ਸ਼ਬਦਾਂ ਚ ਜੇ ਇਦਾਂ ਦਾ ਕਰਮ ਕਾਂਡ ਕੇ ਤੇ ਲਿਖਿਆ ਹੋਵੇ ਤੇ ਅਸੀਂ ਦੇਨਦਾਰ ਹਾਂ ਜੀ ਸਜ਼ਾ ਦੇ ਹੱਕਦਾਰ ਜਿੰਨੀ ਮਰਜ਼ੀ ਸਜ਼ਾ ਦੇ ਦਿਓ ਵੀ ਇਹ ਤੁਹਾਡੇ ਗੁਰ ਕੀ ਹੋ ਰਿਹਾ ਹੈ ਹੁਣ ਖੈਰ ਉਹਨਾਂ ਨੇ ਮੀਟਿੰਗ ਕੀਤੀ ਤ੍ਰੇਸੀ ਗੁਰਦੁਆਰੇ ਤੇ ਗਿਆਨੀ ਸ਼ੇਰ ਸਿੰਘ ਨੂੰ ਸੱਦਿਆ ਉੱਥੇ ਉਹਨਾਂ ਨੇ ਜਦੋਂ ਮੇਰੀ ਲਖਵੀਰ ਸਿੰਘ ਨਾਲ ਗੱਲ ਹੋਈ ਤੇ ਲਖਵੀਰ ਸਿੰਘ ਤਾਜ਼ਾ ਤਾਜ਼ਾ ਨਾ ਹੇ ਉਥੋਂ ਹਿਯੂਰ ਸਾਹਿਬ ਤੋਂ ਹੋ ਕੇ ਆਇਆ ਸੀ ਮੇਖਲ ਸਿੰਘ ਜੀ ਵੀ ਇਹ ਕੀ ਕਰਦੇ ਪਏ ਆ ਵੀ ਤੁਸੀਂ ਨੌਜਵਾਨ ਬੱਚੇ ਉਹਨਾਂ ਦੇ ਹਵਾਲੇ ਕੀਤੇ ਆ ਵੀ ਉਹ ਤਾਂ ਬਿਲਕੁਲ ਟੋਟਲੀ ਸਾਨੂੰ ਬੇਪਰਵਾਦ ਵਾਲ ਲੈ ਕੇ ਜਾ ਰਹੇ ਆ ਵੀ ਇਹ ਕਿਦਾਂ ਪ੍ਰਵਾਨ ਹੋਵੋਗੇ ਵੀ ਇਹ ਤਾਂ ਅਗਲੇ 100 ਸਾਲ ਤੱਕ ਜਿਹੜੇ ਬੱਚੇ ਆ ਸਾਡੇ ਹੁਣ ਨੌਜਵਾਨ ਆ 20 25 ਸਾਲਾਂ ਦੇ ਆ ਉਹਨਾਂ ਤੇ ਅਗਲੇ 100 ਸਾਲ ਤੱਕ ਜੇ ਜੀਣਾ ਹੋਇਆ ਤਾਂ ਸਾਨੂੰ ਤਾਂ ਲਾਗੇ ਵੀ ਲੱਗਣ ਦੇਣਾ ਗੁਰਮਤ ਨੂੰ ਤਾਂ ਉਹਨਾਂ ਲਾਗੇ ਵੀ ਨਹੀਂ ਆਉਣ ਦੇਣਾ ਗੁਰਦੁਆਰੇ 'ਚ ਤੇ ਫਿਰ ਅਸੀਂ ਕੀ ਕਰਾਂਗੇ ਉਹ ਪਤਾ ਮੈਨੂੰ ਦਲੀਲ ਕੀ ਦਿੰਦੇ ਜੀ ਲਖਵੀਰ ਸਿੰਘ ਹੁਣੀ ਕਹਿੰਦੇ ਜੀ ਹਜ਼ੂਰ ਸਾਹਿਬ ਹੁੰਦੀ ਆ ਕਹ ਲਗਵੀਰ ਸਿੰਘ ਜੀ ਤੁਸੀਂ ਹਜੂਰ ਸਾਹਿਬ ਕਹਿੰਦਾ ਹੁਣੇ ਹੋ ਕੇ ਆਇਆ ਮੈਂ ਕਿਹਾ ਜੀ ਉੱਥੇ ਜੋ ਹੋ ਰਿਹਾ ਆ ਭਈ ਉਹ ਤੁਸੀਂ ਧਿਆਨ ਨਾਲ ਸੁਣਾਇਓ ਹਾਂ ਮੇਰੀ ਗੱਲ ਨਾਲ ਸਹਿਮਤ ਹੋ ਗਏ ਮੈਂ ਕਿਹਾ ਉੱਥੇ ਤਾਂ ਕਹਿੰਦੇ ਕਦਾਰਨਾਥ ਬਦਰੀਨਾਥ ਫਲਾਣਾ ਫਲਾਣਾ ਧਾਮ ਦਾ ਧਿਆਨ ਤਰ ਕੇ ਬੋਲੋ ਜੀ ਤੇ ਉੱਥੇ ਤਾਂ ਇਹ ਵੀ ਕਹਿੰਦੇ ਗੰਗਾ ਮਈ ਜੀ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਤੇ ਫਿਰ ਇਹ ਸਾਰਾ ਕੁਝ ਫੇ ਹਜੂਰ ਸਾਹਿਬ ਲਈ ਇਹ ਲਾਗੂ ਕਰਨਾ ਤੇ ਇੱਕ ਗੱਲ ਹੋ ਰਿਹਾ ਉੱਥੇ ਉਹ ਸਾਡੇ ਤੇ ਨਹੀਂ ਲਾਗੂ ਹੁੰਦੀ ਵੈਸੇ ਉੱਥੇ ਬੱਕਰਾ ਵੀ ਜਟਕਾਇਆ ਜਾਂਦਾ ਉਹ ਫਿਕਚਾ ਲੋਗੇ ਫਰੀਮਾਉਂਟ ਉਸਦਾ ਲੰਗਰ ਚ ਮੀਟ ਵੀ ਵਰਤਦਾ ਆ ਉਸਦਾ ਮੱਥੇ ਤਾਂ ਨਾਮ ਕਰੇ ਚ ਨਾਠੀਆ ਜੇ ਮਨ ਰਸਾ ਹੋਏ ਚੰਦਨ ਕਸਾ ਕੇ ਟਿੱਕੇ ਲਾਏ ਜਾਂਦੇ ਆ ਕਿਹੜੀ ਕਿਹੜੀ ਗੱਲ ਕਰੀਏ ਜੀ ਤੇ ਇੱਥੇ ਆਰਤੀ ਹੋ ਗਈ ਉਦਾਂ ਹੀ ਸ਼ੰਖਨ ਕੀਰਤਨ ਕੰਟਨ ਕੀ ਕਰ ਫੁੱਲਨ ਕੀ ਆਰਤੀ ਕੋਟ ਕਰੈ ਸਰਸੁੰਦਰ ਪੇਖ ਪੰਦਰ ਕੇ ਬਲ ਜਾਵੇ ਮੈਂ ਕਿਹਾ ਵੀ ਲਖਵੀਰ ਸਿੰਘ ਜੀ ਇਹਦੇ ਚ ਇੱਕ ਗੱਲ ਰਹਿ ਗਈ ਤੁਹਾਡੇ ਕਰਨ ਵਾਲੀ ਉਹ ਇਹ ਆ ਭਈ ਕਿੰਨਰ ਗੰਦਰਬ ਗਾਨ ਕਰੈ ਜਛ ਅਪਛਰ ਨਰਤ ਦਿਖਾਵੇ ਮੈਂ ਖਾ ਵੀ ਪੁਲ ਵੀ ਸੁੱਟ ਲੈ ਘੰਟਾ ਵੀ ਖੜਕਾ ਲਿਆ ਤੇ ਸੰਖ ਵੀ ਵਜਾ ਲਿਆ ਤੇ ਆ ਅਗਲੀਆਂ ਸ਼ਰਤਾਂ ਵੀ ਪੂਰੀਆਂ ਕਰੋ ਨਾ ਵੀ ਖੁਸਰੇ ਵੀ ਲਿਆਓ ਤੇ ਅਪਛਰਾਂ ਵੀ ਇੱਥੇ ਮਿਲ ਜਾਣਗੀਆਂ ਨਚਨਾਲੀਆਂ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਚਾਓ ਫਿਰ ਉਹਨੂੰ ਪੂਰੀ ਆਰਤੀ ਕਰੋ ਨਾ ਯਾਹ ਤੇ ਪਰਸਨ ਬਏ ਹੈ ਮਹਾਮਨ ਤਾਨੂੰ ਪਤਾ ਜੀ ਤੁਸੀਂ ਵੀ ਆਪਾਂ ਕਰਦੇ ਰਹੇ ਨਾ ਉਹ ਡੇਰੇ ਤੇ ਉਸੇ ਡੇਰੇ 'ਚ ਤੁਸੀਂ ਆਏ 'ਚ ਮੈਂ ਆਇਆ ਹਾਂ ਹਾਂ ਬਿਲਕੁਲ ਉੱਥੇ ਤਾਂ ਹੀ ਥਾਲੀ ਘਮਾਉਂਦੇ ਰਹੇ ਐਦਾਂ ਪੁੱਠੇ ਸਦੇ ਹੋ ਕੇ ਬਹੁਤ ਬੁਰੀ ਹਾਲਤ ਆ ਜਦੋਂ ਪਾਲਪੁਲੀ ਸਾਨੂੰ ਪਤਾ ਜਿਹੜੇ ਡੇਰੇ 'ਚ ਮੈਂ ਆਇਆ ਹਾਂ ਸੱਚ ਗੱਲ ਆਏ ਮਤਲਬ ਉੱਥੇ ਤਾਂ ਡਾਂਸ ਵੀ ਹੁੰਦਾ ਸੀ ਗੁਰਦੁਆਰਿਆਂ ਦੇ ਵਿੱਚ ਜਿਹੜੇ ਬਾਬੇ ਐਦਾਂ ਲੱਕ ਫੇਰਦੇ ਆ ਨਾ ਉਹ ਬੀਬੀਆਂ ਨਹੀਂ ਕਮਾ ਸਕਦੀਆਂ ਉਦੋਂ